ਲਓ ਜੀ Amazon MBA ਦਾ ਫੁੱਲ ਕੋਰਸ ਤੁਹਾਡੇ ਸਾਹਮਣੇ ਆ ਇਸ ਦੀ ਹੈਲਪ ਦੇ ਨਾਲ ਤੁਸੀਂ ਆਪਣਾ ਹੁਣ ਬਿਜ਼ਨਸ ਸਟਾਰਟ ਕਰ ਸਕਦੇ ਆ ਇਸ ਦੇ ਵਿੱਚ ਪੂਰਾ ਸਟੈਪ ਬਾਈ ਸਾਰਾ ਕੁਝ ਦੱਸਿਆ ਗਿਆ ਪਰ ਫਿਰ ਵੀ ਤੁਹਾਨੂੰ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ ਮੈਨੂੰ Instagram ਤੇ ਫੋਲੋ ਕਰ ਲਿਓ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਇਹ ਬਿਜ਼ਨਸ ਸਟਾਰਟ ਕਰ ਸਕਣ ਤੇ Amazon ਤੋਂ ਪੈਸੇ ਬਣਾ ਸਕਣ ਤੇ ਹੁਣ ਚੱਲਦੇ ਆ ਕੋਰਸ ਦੇ ਵੱਲ Amazonseller.com ਤੇ ਜਾਣਾ ਉਸ ਤੋਂ ਬਾਅਦ ਉਹਦੇ ਤੇ ਸਾਈਨ ਅਪ ਕਰਨਾ ਸਾਈਨ ਅਪ ਕਰਨ ਦੇ ਵੀ ਦੋ ਤਰੀਕੇ ਨੇ ਤੁਸੀਂ 99 ਸੈਂਟ ਤੋਂ ਸਟਾਰਟ ਕਰ ਸਕਦੇ ਆ ਤੇ ਪ੍ਰੋਫੈਸ਼ਨਲ ਪੈਕ 40 ਡਾਲਰ ਦੇ ਵਿੱਚ ਅਵੇਲੇਬਲ ਤੁਹਾਨੂੰ 40 ਡਾਲਰ ਪੇ ਕਰਨੇ ਪੈਂਦੇ Amazon FBA ਦਾ ਪੈਕ 99 ਸੈਂਟ ਤੋਂ ਸਟਾਰਟ ਕਰ ਸਕਦੇ 99 ਸੈਂਟ ਉਦੋਂ ਲਏ ਜਾਂਦੇ ਨੇ ਜਦੋਂ ਤੁਹਾਡਾ ਪ੍ਰੋਡਕਟ Amazon ਦੇ ਉੱਤੇ ਵਿਕ ਜਾਂਦਾ ਹੈ ਤੇ ਉਸ ਤੋਂ ਬਾਅਦ 99 ਸੈਂਟ ਲਏ ਜਾਂਦੇ ਨੇ ਤੇ ਇਹਨਾਂ ਦੀ ਜੋ ਵੀ ਫਿਲਮੈਂਟ ਜਾਂ ਸੇਲਿੰਗ ਫੀਸ ਹੁੰਦੀ ਆ ਉਹ ਤੁਹਾਡੇ ਕੋਲੋਂ ਲਈ ਜਾਂਦੀ ਆ ਤੇ ਬਾਕੀ ਜਿੰਨਾ ਵੀ ਮਾਰਜਨ ਹੁੰਦਾ ਉਹ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦਾ ਇਦੇ ਵਿੱਚ ਤੁਸੀਂ ਸਿਰਫ 1 ਮਹੀਨੇ ਦੇ 40 ਪ੍ਰੋਡਕਟ ਬੇਚ ਸਕਦੇ ਹੋ ਤੇ ਦੂਸਰਾ ਕੋਈ ਵੀ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ ਇਹਦੇ ਤੇ ਨਹੀਂ ਕਰ ਸਕਦੇ। ਦੋ ਹੀ ਆਪਸ਼ਨ ਆ ਇਹਦੇ ਵਿੱਚ ਅਵੇਲੇਬਲ ਨੇ। ਜੇ ਤੁਸੀਂ ਪ੍ਰੋਫੈਸ਼ਨਲ ਪੈਕ ਲੈਣੇ ਹੋ ਇਸ ਦਾ ਪ੍ਰਾਈਸ 40 ਡਾਲਰ ਹੈ। ਜਿਸ 40 ਡਾਲਰ ਵਾਲੇ ਪੈਕ ਦੇ ਵਿੱਚ ਤੁਸੀਂ ਪ੍ਰੋਫੈਸ਼ਨਲੀ 40 ਪ੍ਰੋਡਕਟ ਤੋਂ ਜ਼ਿਆਦਾ ਪ੍ਰੋਡਕਟ ਬੇਚ ਸਕਦੇ ਹਾਂ ਉਹਨਾਂ ਦੀ ਐਡਵਰਟਾਈਜ਼ ਕਰ ਸਕਦੇ ਹਾਂ ਰਿਪੋਰਟਸ ਕਰ ਸਕਦੇ ਹਾਂ ਆਪਣਾ ਬਿਜ਼ਨਸ ਗਰੋ ਕਰਨ ਦੇ ਲਈ ਫਿਲਮੈਂਟ ਜਿਹੜੀ ਆ Amazon ਤੋਂ ਵੀ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀਆਂ ਐਡੀਸ਼ਨਲ ਕੈਟਾਗਰੀਜ਼ ਉਹ ਵੀ ਤੁਸੀਂ ਲਗਾ ਸਕਦੇ ਹੋ ਤੇ ਬਹੁਤ ਸਾਰੀ ਬਲਕ ਦੇ ਵਿੱਚ ਵੀ ਲਿਸਟਿੰਗ ਕਰ ਸਕਦੇ ਹਾਂ ਇਸ ਤਰ੍ਹਾਂ 39 ਡਾਲਰ ਵਾਲੇ ਪੈਕ ਦੇ ਵਿੱਚ ਕਾਫੀ ਫੈਸਿਲਿਟੀਆਂ ਨੇ ਕਾਫੀ ਆਪਰਚੂਨਿਟੀਆਂ ਨੇ ਤੁਹਾਡੇ ਬਿਜ਼ਨਸ ਨੂੰ ਗਰੋ ਕਰਾਉਣ ਦੇ ਲਈ ਤੇ ਤੁਸੀਂ sellercentral.amazon.com ਤੇ ਜਾਣਾ ਉਸ ਤੋਂ ਬਾਅਦ ਜੇ ਤਾਂ ਤੁਹਾਡੇ ਕੋਲ ਪਹਿਲਾਂ ਹੀ ਅਕਾਊਂਟ ਹੈ ਤਾਂ ਤੁਸੀਂ ਉਸ ਨੂੰ ਸਾਈਨ ਅਪ ਕਰ ਸਕਦੇ ਹੋ ਨਹੀਂ ਤਾਂ ਕ੍ਰੀਏਟ ਨਿਊ ਅਕਾਊਂਟ ਤੇ ਆਪਣਾ ਨਾਮ ਦੇਣਾ ਉਸ ਤੋਂ ਬਾਅਦ ਈਮੇਲ ਆਈਡੀ ਉਸ ਤੋਂ ਬਾਅਦ ਤੁਸੀਂ ਆਪਣਾ ਪਾਸਵਰਡ ਰੱਖਣਾ ਤੇ ਉਸ ਪਾਸਵਰਡ ਨੂੰ ਰੀਪਾਸਵਰਡ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਈਮੇਲ ਆਈਡੀ ਆ ਤੁਹਾਡੀ ਉਹ ਵੈਲਿਡ ਹੋਣੀ ਚਾਹੀਦੀ ਹੈ ਤੇ ਨੈਕਸਟ ਕਰ ਦੇਣਾ verify ਆਪਣੀ email ਕਰਨੀ ਆ email ਨੂੰ open ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ OTP ਕੋਡ ਆਏਗਾ ਉਹ fill ਕਰਨਾ fill ਕਰਨ ਤੋਂ ਬਾਅਦ next ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਕੋਲ ਚਾਰ ਆਪਸ਼ਨ ਆਉਣਗੇ ਪਹਿਲਾਂ ਤੁਸੀਂ ਆਪਣੇ business ਦੀ location ਦੱਸਣੀ ਜਿੱਥੇ ਵੀ ਤੁਸੀਂ ਰਹਿੰਦੇ ਆ ਉਹ ਚੂਜ਼ ਕਰਨੀ ਉਸ ਤੋਂ ਬਾਅਦ ਤੁਸੀਂ business ਚੂਜ਼ ਕਰਨਾ ਜੇ ਤਾਂ ਤੁਸੀਂ ਆਪਣੀ ਕੰਪਨੀ ਰਜਿਸਟਰ ਕਰਵਾਈ ਹੋਇਆ ਕੰਪਨੀ ਦਾ ਲਿਖ ਸਕਦੇ ਹੋ ਨਹੀਂ ਤਾਂ ਤੁਸੀਂ ਐਨ ਇੰਡੀਵਿਜੂਅਲ ਲੈ ਸਕਦੇ ਹੋ ਕੋਈ ਮਸਟ ਨਹੀਂ ਹੈ ਕਿ ਤੁਸੀਂ ਕੰਪਨੀ ਰਜਿਸਟਰ ਕਰਵਾਈ ਹੋਣੀ ਚਾਹੀਦੀ ਉਸ ਤੋਂ ਬਾਅਦ ਤੁਸੀਂ ਆਪਣਾ ਸਹੀ ਨਾਮ ਦੇਣਾ ਜੋ ਵੀ ਤੁਹਾਡੇ ਡਾਕੂਮੈਂਟ ਦੇ ਉੱਤੇ ਆ ਤੇ ਇਸ ਤਰ੍ਹਾਂ ਤੁਹਾਡਾ ਪਹਿਲਾ ਸਟੈਪ ਆ ਜਿਹੜਾ ਕਲੀਅਰ ਹੋ ਜਾਵੇਗਾ ਜੋ ਤੁਹਾਡੇ ਪ੍ਰੋਸੈਸ ਦੇ ਬਾਰੇ ਵਿੱਚ ਆ ਉਸ ਤੋਂ ਬਾਅਦ ਤੁਹਾਡੀ ਸਿਟੀਜ਼ਨਸ਼ਿਪ ਕਿੱਥੇ ਦੀ ਆ ਤੁਹਾਡਾ ਜਨਮ ਕਿੱਥੇ ਹੋਇਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਐਡਰੈਸ ਹੋਏਗਾ ਉਹ ਹੋਏਗਾ ਜਿੱਥੇ ਤੁਸੀਂ ਰਹਿ ਰਹੇ ਹਾਂ ਇਸ ਕਰਕੇ ਉਹੀ ਐਡਰੈਸ ਤੁਹਾਡਾ ਰਹੇਗਾ ਕਿਉਂਕਿ ਤੁਸੀਂ ਕੰਪਨੀ ਦਾ ਰਜਿਸਟਰ ਨਹੀਂ ਕਰਵਾਈ ਹੋਈ ਤੁਹਾਡਾ ਫੋਨ ਨੰਬਰ ਫੋਨ ਨੰਬਰ ਵੈਲਿਡ ਦੇਣਾ ਕਿਉਂਕਿ ਉਸ ਤੇ ਤੁਹਾਨੂੰ ਓਟੀਪੀ ਆਏਗਾ ਓਟੀਪੀ ਕਨਫਰਮ ਕਰਕੇ ਫਿਰ ਹੀ ਤੁਸੀਂ ਅੱਗੇ ਜਾ ਸਕਦੇ ਹੋ ਤੁਸੀਂ ਓਟੀਪੀ ਫਿਲ ਕਰਨਾ ਫਿਲ ਕਰਕੇ ਨੈਕਸਟ ਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਇਸ ਤਰ੍ਹਾਂ ਤੁਹਾਡਾ ਪੂਰੀ ਇਨਫੋਰਮੇਸ਼ਨ ਰਜਿਸਟਰ ਹੋ ਜਾਵੇਗੀ ਇੱਥੇ ਤੁਸੀਂ ਕ੍ਰੈਡਿਟ ਕਾਰਡ ਆਪਣਾ ਅਟੈਚ ਕਰਨਾ ਤੇ ਆਪਣਾ ਹੋਲਡਰ ਨਾਮ ਜਿਹੜਾ ਵੀ ਤੁਹਾਡਾ ਨਾਮ ਆ ਉਹ ਉਸ ਤੋਂ ਬਾਅਦ ਜਿਹੜੀ ਆ ਤੁਹਾਡੇ ਕੋਲ 2-3 ਸਵਾਲ ਪੁੱਛੇ ਜਾਣਗੇ ਇਸ ਦੇ ਵਿੱਚ ਪਹਿਲਾ ਹੋਵੇਗਾ ਤੁਹਾਡੇ ਸਟੋਰ ਦਾ ਨਾਮ ਤੁਸੀਂ ਰੱਖਣਾ ਉਸ ਤੋਂ ਬਾਅਦ ਦੂਸਰੀ ਪੋਜੀਸ਼ਨ ਦੇ ਵਿੱਚ ਜਿਹੜੇ UPC ਕੋਡਸ ਨੇ ਉਹਦੇ ਬਾਰੇ ਅੱਗੇ ਜਾ ਕੇ ਮੈਂ ਦੱਸਾਂਗਾ ਉਹ ਤੁਸੀਂ ਯੈਸ ਕਰਨੇ ਆ ਕਿਉਂਕਿ ਤੁਸੀਂ ਹੀ ਅਟੈਚ ਕਰੋਗੇ ਉਸ ਤੋਂ ਬਾਅਦ ਤੁਸੀਂ ਓਨਰ ਹੋ ਯੈਸ ਕਰਨਾ ਤੇ ਟ੍ਰੇਡਮਾਰਕ ਦੇ ਲਈ ਤੁਸੀਂ ਨੋ ਕਰਨਾ ਕੋਈ ਟ੍ਰੇਡਮਾਰਕ ਨਹੀਂ ਤੇ ਉਸ ਤੋਂ ਬਾਅਦ ਇਸ ਤਰ੍ਹਾਂ ਤੁਹਾਡਾ ਵੈਰੀਫਿਕੇਸ਼ਨ ਦੇ ਲਈ ਆਇਡੈਂਟੀਫਾਈ ਤੁਹਾਨੂੰ ਕੀਤਾ ਜਾਏਗਾ ਤੁਹਾਡਾ ਨਾਮ ਤੁਹਾਡਾ ਐਡਰੈਸ ਡੇਟ ਆਫ ਬਰਥ ਤੁਸੀਂ ਜਿਹੜੇ ਵੀ ਡਾਕੂਮੈਂਟ ਦੇਣਾ ਹੈ ਪਾਸਵਰਡ ਦੇਣਾ ਹੈ ਜਾਂ ਹੋਰ ਡਰਾਈਵਿੰਗ ਲਾਇਸੈਂਸ ਦੇਣਾ ਉਹ ਅਟੈਚ ਕਰਨਾ ਉਸ ਤੋਂ ਬਾਅਦ ਤੁਸੀਂ ਬੈਂਕ ਦੀਆਂ ਸਟੇਟਮੈਂਟ ਦੇਣੀ ਆ ਜਾਂ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਦੋਨਾਂ ਚ ਕੋਈ ਵੀ ਦੇ ਸਕਦੇ ਹੋ ਇਹ ਦੋਨੇ ਜ਼ਰੂਰੀ ਨੇ ਮਸਟ ਨੇ ਉਸ ਇਸ ਤਰ੍ਹਾਂ ਤੁਹਾਡਾ ਅਕਾਊਂਟ ਬਣ ਜਾਵੇਗਾ ਇਸ ਦੇ ਵਿੱਚ ਕਾਫੀ ਵਾਰ Amazon ਵੱਲੋਂ ਤੁਹਾਡੇ ਨਾਲ ਵੈਰੀਫਿਕੇਸ਼ਨ ਦੇ ਲਈ ਵੀਡੀਓ ਕਾਲ ਵੀ ਕੀਤੀ ਜਾਂਦੀ ਹੈ ਡਿਪੈਂਡ ਔਨ ਕੰਟਰੀ ਟੂ ਕੰਟਰੀ ਹੈ ਕਈਆਂ ਕੰਟਰੀਆਂ ਦੇ ਵਿੱਚ 2 ਦਿਨਾਂ ਬਾਅਦ ਆਪਣੇ ਆਪ ਐਕਟਿਵੇਟ ਕਰ ਦਿੱਤਾ ਜਾਂਦਾ ਹੈ ਕਿੰਿਆਂ ਦੇ ਵਿੱਚ ਵੈਰੀਫਿਕੇਸ਼ਨ ਹੁੰਦੀ ਹੈ ਵੀਡੀਓ ਕਾਲ ਤੁਸੀਂ ਉਹਨਾਂ ਦੇ ਨਾਲ ਜੁਆਇਨ ਕਰਕੇ ਆਪਣਾ ਪਾਸਪੋਰਟ ਦਿਖਾ ਲੈਣਾ ਹੁੰਦਾ ਡਾਕੂਮੈਂਟ ਦਿਖਾ ਲ ਕੇ ਉਸ ਤੋਂ ਬਾਅਦ 24 ਤੋਂ 48 ਘੰਟਿਆਂ ਦੇ ਵਿੱਚ ਤੁਹਾਡਾ ਅਕਾਊਂਟ ਐਕਟਿਵੇਟ ਹੋ ਜਾਂਦਾ ਮੀਨਸ ਕਿ ਫਿਰ ਤੁਸੀਂ ਉਸ ਦੇ ਉੱਤੇ ਕੰਮ ਕਰ ਸਕਦੇ ਹੋ ਅਗਲੀ ਵੀਡੀਓ ਕੱਲ੍ਹ ਨੂੰ ਹੀ ਆਵੇਗੀ ਉਸ ਦੇ ਵਿੱਚ ਤੁਸੀਂ ਅ ਸਕੋਗੇ